ਅਸੀਂ ਰਿਆਸਤ ਆਵਰਮਾਂ ਪਾਉਣਗੇ ਨਾ ਔਰ ਇਕਬਾਲ ਸਾਹਿਬ ਰਮਾਂ ਦੇਣਗੇ ਨਾ। ਰਿਆਸਤ ਆਵਰਮਾਂ ਪੌੜੀ ਕਰਨੀ ਹੈ, ਰਿਆਸਤ ਸਾਹਿਬ ਬਣਨੇ ਇਕਬਾਲ ਜੀ ਛੰਡ ਮਾਰੋ, ਰਿਆਸਤ ਸਾਹਿਬ ਬਣਨੇ ਇਕਬਾਲ ਜੀ ਛੰਡ ਮਾਰੋ। ਜੈ ਲਈ ਮਦਦ, ਜੈ ਲਈ ਮਦਦ, ਰਿਆਸਤ ਸਾਹਿਬ ਐਲਾਨ ਕਰ ਚੁੱਕੇ ਨੇ ਕਿ ਇਕਬਾਲ ਸਾਹਿਬ ਛੰਡ ਮਾਰੋ, ਕੋਈ ਮੁਕਾਮ ਨੀ ਰਿਆਸਤ ਗਿਣੀ ਗਿਣੀ ਦਾ ਰਿਆਸਤ ਬਣਾਉਣ ਦਾ ਛੰਡਾ ਮਾਰੋ। ਬਹੁਤ ਖੂਬ, ਜੈ ਮਦਦ, ਜੈ ਮਦਦ, ਜੈ ਮਦਦ। ਰਿਆਸਤ ਬਰੋ ਰਿਕਾਰਡ ਬੀਟ ਕਰ ਛੱਡਿਆ ਇੰਗਲੈਂਡ ਦਾ, ਕਿ ਰਿਆਸਤ ਆਪਣੇ ਮੁਕਾਬਲੇ ਅੱਜ ਕੱਲ੍ਹ ਇੰਗਲੈਂਡ ਦੇ ਮੁਕਾਬਲੇ ਕੋਈ ਪਲੇਅਰ ਆਸਾਨ ਨਹੀਂ ਜਾ ਖੁਦ ਆਵਾਜ਼ ਦਾ ਹੈ। ਇਸੇ ਨੇ ਬਾਂਹ ਪੜਨਾ ਜੀ, ਇਸਦਾ ਇਹ ਜ਼ਰ ਖਾਨ ਐਲਾਨ ਕੀਤਾ ਕਿ ਰਣਦੇਵ ਸਾਹਿਬ ਮੇਰੇ ਬਾਂਹ ਪੜੋ ਔਰ ਰਣਦੇਵ ਸਾਹਿਬ ਕੋਨੇ ਛੱਪਣੇ ਨਾ, ਇਸੀ ਪਲੇਅਰ ਆਖਣੇ ਨਾ। ਇਕਬਾਲ ਸਾਹਿਬ ਨੇ ਆਵਾਜ਼ ਦਿੱਤਾ, ਰਿਆਸਤ ਸਾਹਿਬ ਰਹਾ, ਠੀਕ ਹੈ ਜੀ, ਮੈਂ ਤੁਹਾਡੇ ਬਾਂਹ ਪੜਨ ਵਾਸਤੇ ਤਿਆਰ ਹਾਂ, ਜਦ ਸੁਤਮਨਾ ਕਰੋ। ਸਭ ਬਾਂਹ ਦੇ ਦੇਣਾ ਬੜੇ ਧੂਮਧਾਮ ਨਾਲ ਔਰ ਰੈਫਰੀ ਸਾਹਿਬਾਨ ਵੀ ਅੱਗੇ ਪਿੱਛੇ ਫਿਰ ਦੇਣਾ। ਰਿਆਜ ਸਾਹਿਬ ਨੇ ਬਾਂਹ ਦਿੱਤੀ ਹੈ ਤੇ ਇਕਬਾਲ ਸਾਹਿਬ ਨੂੰ ਬਾਂਹ ਨਹੀਂ ਪਾਉਣ ਹੋਣੀ ਹਾਲੇ ਤੱਕ, ਤੇ ਇਕਬਾਲ ਸਾਹਿਬ ਬਾਂਹ ਪੌੜੀ ਚੁੱਕੇ ਨਾ, ਤੇ ਮੇਰਾ ਖਿਆਲ ਰਿਆਜ ਸਾਹਿਬ ਕਹਿ ਰਹੇ ਨੇ ਕਿ ਰਿਆਜ ਸਾਹਿਬ ਜੀ ਬਾਂਹ ਕੱਢੋ। ਰਿਆਸਤ ਸਾਹਿਬ ਨੂੰ ਬਾਂਹ ਕੱਢਿਆ ਬੜੇ ਧੂਮ ਬੜੇ ਤਰੀਕੇ ਨਾਲ, ਕੋਈ ਡਾਊਟ ਅਬਾਊਟ ਨਹੀਂ ਰੱਖਿਆ, ਹਰ ਇੱਕ ਹੱਥਾਂ ਨਾਲ ਬਾਂਹ ਕੱਢੀ ਗਏ ਨੇ। ਇਸਦਾ ਬਹੁਤ ਘੱਟ ਪਲੇਅਰ ਬਾਂਹ ਕੱਢ ਲੈਣਾ, ਇਹਨਾਂ ਆਵਾਜ਼ ਦੀ ਹੈ ਕਿ ਬਾਂਹ ਛੁੱਟ ਗਈ ਹੈ, ਔਰ ਬਾਂਹ ਛੁੱਟੀ ਇਸਦੀ, ਲੇਕਿਨ ਇਕਬਾਲ ਸਾਹਿਬ ਨੇ ਬੜੀ ਕੋਸ਼ਿਸ਼ ਕੀਤੀ ਹੈ ਬਾਂਹ ਨੂੰ ਮੁੱਟਣੇ ਨਹੀਂ, ਲੇਕਿਨ ਬਾਂਹ ਫਿਰ ਵੀ ਨਹੀਂ ਵਰਕੀ ਸਕੀ ਕਿ ਬਾਂਹ ਨਿਕਲੀ ਗਈ ਹੈ। ਦੇਖੋ ਜੀ ਰੈਫਰੀ ਸਾਹਿਬ, ਇਕਬਾਲ ਸਾਹਿਬ ਤੋਂ ਬੜੀਆ ਰਿਆਸਤ ਸਾਹਿਬ ਆਪਾਂ ਛੁੜਾਣਗੇ ਨਾ। ਰਿਆਸਤ ਸਾਹਿਬ ਜ਼ਿੰਦਾਬਾਦ, ਰਿਆਸਤ ਸਾਹਿਬ ਜ਼ਿੰਦਾਬਾਦ, ਰਿਆਸਤ ਸਾਹਿਬ ਆਪਾਂ ਕਰੀਏ ਬੜਾ ਧੂਮ ਧਾਮ ਨਾਲ ਪਹਿਲੀ ਛੰਡਾ ਨਾਲ, ਰਿਆਜ ਸਾਹਿਬ ਨੂੰ ਪਹਿਲੀ ਛੰਡਾ ਪਾ ਕਰੀਆ ਜਾਂ ਬੱਚੇ ਨੂੰ ਕੋਈ ਨਾ, ਰਿਆਜ ਸਾਹਿਬ ਜ਼ਿੰਦਾਬਾਦ, ਨੋ ਡਾਊਟ ਅਬਾਊਟ ਇਟ।